ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਡਾਇਟ ਵਿਖੇ ਪ੍ਰਿੰਸੀਪਲ ਡਾਕਟਰ ਅਰਚਨਾ ਮਹਾਜਨ ਦੀ ਅਗਵਾਈ ਹੇਠ ਮੇਲਾ ਤੀਆਂ ਦਾ ਮਨਾਇਆ ਗਿਆ, ਜਿੱਥੇ ਸੰਸਥਾ ਦੇ ਵਿਦਿਆਰਥੀਆਂ ਨੇ ਸਕਿੱਟ, ਡਰਾਮਾ, ਪੰਜਾਬੀ ਸੱਭਿਆਚਾਰ ਅਤੇ ਗਿੱਧਾ ਭੰਗੜਾ ਪੇਸ਼ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਰੰਗ ਬਿਰੰਗੇ ਪਹਿਨਾਵੇ ਪਹਿਨ ਕੇ ਪੀਂਘਾਂ ਝੂਟੀਆਂ ਗਈਆਂ ਅਤੇ ਹੋਰ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਇਨਕਮ ਟੈਕਸ ਅਫਸਰ ਸੁਮਨ ਕੁਮਾਰੀ ਮੁੱਖ ਮਹਿਮਾਨ ਤੌਰ 'ਤੇ ਪਹੁੰਚੀ ਅਤੇ ਸਮਾਗਮ ਦੀ ਸ਼ਲਾਘਾ ਕੀਤੀ। ਬਹੁਤ ਜ਼ਿਆਦਾ ਮੈਂ ਉਸਤਾਦ ਦੇਖਿਆ, ਜਿੱਥੇ ਲੜਕੀਆਂ 'ਚ ਬਹੁਤ ਅੱਛੇ ਬੱਚੇ ਤਿਆਰ ਕਰਕੇ ਆਏ ਨੇ, ਬੱਚਿਆਂ ਨੇ ਬੜਾ ਅੱਛਾ ਖਾਣਾ ਬਣਾਇਆ ਅਤੇ ਉਹ ਸਿਖਾਇਆ ਜੀ, ਬਹੁਤ ਅੱਛਾ ਲੱਗ ਰਿਹਾ ਅਤੇ ਬਹੁਤ ਜ਼ਿਆਦਾ ਉਤਸ਼ਾਹ ਨਾਲ ਮਨਾ ਰਿਹਾ ਜੀ ਤੀਆਂ ਦਾ। ਹਾਂਜੀ ਹਾਂ ਬਿਲਕੁਲ ਆਉਂਦੀ, ਮੈਨੂੰ ਲੱਗਿਆ ਮੈਨੂੰ ਮੇਰਾ ਬਚਪਨ ਯਾਦ ਆਇਆ, ਅਸੀਂ ਛੋਟੇ ਹੁੰਦੇ ਐਵੇਂ ਹੀ ਆਪਣੇ ਕਾਲਜ ਸਕੂਲਾਂ 'ਚ ਜਾ ਕੇ ਮਨਾਉਂਦੇ ਸੀ ਤਾਂ ਬਹੁਤ ਅੱਛਾ ਲੱਗਿਆ ਜੀ। ਹਾਂਜੀ ਅੱਜ ਡਾਇਟ ਨਾਭਾ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ, ਉਹਦੇ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸਾਡੇ ਇਨਕਮ ਟੈਕਸ ਆਫਿਸਰ ਮੈਡਮ ਸੁਮਨ ਜੀ ਆਏ ਹੋਏ ਹੈ ਅਤੇ ਜਿਵੇਂ ਕਿ ਤੀਜ ਹਰ ਸਾਲ ਸਾਵਣ ਦੇ ਵਿੱਚ ਮਨਾਈ ਜਾਂਦੀ ਹੈ ਸਾਰੇ ਪੰਜਾਬ ਦੇ ਵਿੱਚ, ਸਪੈਸ਼ਲੀ ਸਾਡੇ ਬੱਚਿਆਂ ਨੇ ਵੀ ਉਸ ਤਰ੍ਹਾਂ ਉਹਦੇ ਵਿੱਚ ਪੁਰਾਣੇ ਸੱਭਿਆਚਾਰ ਨੂੰ ਸਾਰਾ ਯਾਦ ਕੀਤਾ, ਕਿਉਂਕਿ ਹੁਣ ਯੁੱਗ ਬਦਲ ਗਿਆ ਹੈ ਔਰ ਟਾਈਮ ਨਹੀਂ ਰਹੇ ਜਦੋਂ ਬੱਚੇ ਇਕੱਠੇ ਹੁੰਦੇ ਸੀ, ਪੇਕੇ ਜਾਂਦੀਆਂ ਸੀ ਕੁੜੀਆਂ ਆਪਣੀਆਂ, ਉੱਥੇ ਤੀਜ ਮੇਲੇ ਲਾਉਂਦੀਆਂ ਸੀ, ਉਹ ਸਾਰੀ ਚੀਜ਼ ਨੂੰ ਇੱਥੇ ਰਿਵਾਈਵ ਕੀਤੀ ਗਈ ਹੈ। ਗਿੱਧਾ, ਭੰਗੜਾ, ਨਾਟਕਾਂ ਦੇ ਰਾਹੀਂ ਕੁੜੀਆਂ ਨੂੰ ਪੜ੍ਹਨ ਲਈ ਅਤੇ ਕੁੜੀਆਂ ਨੂੰ ਅੱਗੇ ਵਧਣ ਲਈ ਵੀ ਇਹਦੇ ਨਾਲ ਨਾਲ ਅਸੀਂ ਪ੍ਰੋਤਸਾਹਿਤ ਕੀਤਾ ਹੈ। ਪਹਿਲਾਂ ਤਾਂ ਮੈਂ ਪ੍ਰਿੰਸੀਪਲ ਮੈਮ ਦਾ ਧੰਨਵਾਦ ਕਰਨਾ ਚਾਹਾਂਗੀ ਕਿ ਉਹਨਾਂ ਨੇ ਤੀਜ ਦੇ ਮੇਲੇ ਦੀ ਜਿਹੜੀ ਫੰਕਸ਼ਨ ਹੈ ਉਹ ਸਾਡੇ ਕਾਲਜ ਵਿੱਚ ਰਖਵਾਇਆ ਅਤੇ ਇਸ ਪ੍ਰੋਗਰਾਮ ਵਿੱਚ ਜਿਹੜੀ ਨਾਟਕ ਨੇ, ਪਲੇਸ ਵਗੈਰਾ ਨੇ, ਡਾਂਸ ਨੇ, ਇਹਨਾਂ ਦੇ ਥਰੂ ਵਿਮੈਨ ਇੰਪਾਵਰਮੈਂਟ ਅਤੇ ਗਰਲ ਚਾਈਲਡ ਐਜੂਕੇਸ਼ਨ ਬਾਰੇ ਦੱਸਿਆ ਜਾਏਗਾ ਅਤੇ ਬਾਕੀ ਤੀਜ ਦਾ ਫੰਕਸ਼ਨ ਸਾਰੇ ਤਿਆਰ ਹੋ ਕੇ ਆਏ ਨੇ ਤਾਂ ਵਧੀਆ ਹੀ ਹੈ। ਆਵਾਜ਼ੀ ਕੌਮ ਟੀਵੀ ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।